ਗੁੱਜਰ ਪਰਿਵਾਰਾਂ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਮੁਗਲ ਚੱਕ ਵਿਖੇ ਆਪਸ ਵਿੱਚ ਫਿਰ ਤੋਂ ਟਕਰਾਅ ਹੋ ਗਿਆ। ਗੁੱਜਰ ਬਰਾਦਰੀ ਨਾਲ ਸੰਬੰਧਿਤ ਮੋਜੂ ਨਾਂ ਦੇ ਨੌਜਵਾਨ ਦਾ ਵਿਆਹ ਸੀ, ਜਿਸ ਦੇ ਚੱਲਦਿਆਂ ਦੂਸਰੀ ਧਿਰ ਨਾਲ ਸੰਬੰਧਿਤ 5 ਤੋਂ 6 ਦਰਜਨ ਦੇ ਕਰੀਬ ਲੋਕਾਂ ਨੇ ਆ ਕੇ ਪਹਿਲਾਂ ਤਾਂ ਡਾਂਗਾ ਸੋਟਿਆਂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਆਲਮਦੀਨ ਨਾਂ ਦੇ ਨੌਜਵਾਨ ਦੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਆਲਮਦੀਨ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਦੋਵੇਂ ਪਾਰਟੀਆਂ ਬੈਠੀਆਂ, ਇੱਕ ਪਾਰਟੀ ਉੱਧਰ ਬੈਠੀ ਸੀ, ਇਹ ਪਾਰਟੀਆਂ ਇੱਥੋਂ ਭੱਜ ਗਏ ਤੇ ਉਹਨਾਂ ਦੇ ਘਰੇ ਪਏ, ਉਧਰੋਂ ਗਾੜੀਆਂ ਇਕੱਠੇ ਹੋਏ ਤੇ ਇਹਨਾਂ ਨੇ ਗੋਲੀ ਲਾ ਦਿੱਤੀ, ਜਾ ਕੇ ਭੱਜ ਗਏ। ਹਾਂਜੀ, ਉਹਨਾਂ ਦਾ ਆਲਮਦੀਨ ਜਿਹਨੂੰ ਗੋਲੀ ਲੱਗੀ ਹੈ, ਜਿਹੜੇ ਇੱਥੋਂ ਜਾਣ ਵਾਲੇ ਸਦੀਕ ਹੋਣੀ ਹੈ। ਹਾਂਜੀ, ਹੁਣ ਕੱਖ ਨਹੀਂ, ਹਸਪਤਾਲ ਲੈ ਕੇ ਗਏ ਆ, ਵੇਖੋ ਕੀ ਬਣਦਾ ਕੀ ਨਹੀਂ। ਉਹਦੀ ਗੋਲੀ ਕਿੱਥੇ ਲੱਗੀ? ਉਹਦੇ ਮੱਥੇ ਤੇ ਗੋਲੀ ਲੱਗੀ ਹੈ ਜੀ। ਤੇ ਕਿੰਨੇ ਜਣੇ ਹੈਗੇ ਪਤਾ ਕੁਛ? ਬੰਦੇ ਹੈਗੇ ਕੋ 100-150 ਬੰਦਾ। ਹਾਂਜੀ, ਕੀ ਹੋ ਰਿਹਾ ਵਿਆਹ ਸ਼ਾਦੀ ਕੋਈ? ਇੱਥੇ ਵਿਆਹ ਸੀ ਆਪਣੇ। ਕਿਹਦਾ ਸੀ? ਆਪਣੇ ਲੜਕੇ ਦਾ ਵਿਆਹ ਸੀ। ਤੁਹਾਡੇ ਵਾਲੇ ਲੜਕੇ ਦਾ ਵਿਆਹ? ਹਾਂਜੀ ਹਾਂਜੀ। ਇੱਥੇ ਲੜਾਈ ਹੋਈ ਆ? ਇੱਥੋਂ ਭੱਜ ਕੇ ਗਏ, ਉਹ ਉੱਥੇ ਪੁਲ 'ਤੇ ਹੋਈ ਲੜਾਈ ਜੀ। ਕੋਈ ਰੰਜਿਸ਼ ਸੀ ਪੁਰਾਣੀ ਕੋਈ? ਪੁਰਾਣੀ ਅੱਗੇ ਰੰਜਿਸ਼ ਹੈਗੀ ਇਹਨਾਂ ਦੇ ਆਪ ਵਿੱਚੋਂ ਚੱਲਦੀ ਆ। ਹਾਂਜੀ, ਵਿਆਹ 'ਚ ਫਿਰ ਭੰਗ ਪੈ ਗਿਆ? ਵਿਆਹ 'ਚ ਭੰਗ ਪੈ ਗਿਆ ਜੀ। ਹੁਣ ਕੀ ਮੰਗ ਕਰਦੇ ਵੀ? ਹੁਣ ਇਹੋ ਵੀ ਇਨਸਾਫ ਹੋਣਾ ਚਾਹੀਦਾ ਦੋਣਾਂ ਇਹਨਾਂ ਦਾ। ਹਾਂਜੀ, ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਗੱਜਣ ਸਿੰਘ ਨੇ ਦੱਸਿਆ ਕਿ ਗੁੱਜਰ ਪਰਿਵਾਰਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਇਸ ਰੰਜਿਸ਼ ਦਾ ਫਾਇਦਾ ਉਠਾਉਂਦੇ ਹੋਏ ਇੱਕ ਧਿਰ ਨੇ ਦੂਸਰੀ ਧਿਰ ਦੇ ਵਿਆਹ ਸਮਾਗਮ ਵਿੱਚ ਜਾ ਕੇ ਖਲਲ ਪਾਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਘਟਨਾ ਸਥਲ ਤੋਂ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਮਾਮਲਾ ਇਹਨਾਂ ਨੇ ਨਾ ਗੁੱਜਰਾਂ ਦਾ ਕੋਈ ਆਪਸੀ ਪੁਰਾਣੀ ਰੰਜਿਸ਼ ਚੱਲਦੀ ਆਉਂਦੀ ਸੀ 2-3 ਸਾਲ ਤੋਂ ਇਹਨਾਂ ਦੀ। ਇਹਨਾਂ ਨੇ ਇੱਕ ਦੂਜੇ 'ਤੇ ਪਰਚੇ ਕਰਾਏ। ਅੱਜ ਇਹਨਾਂ ਦੇ ਵਿਆਹ ਚੱਲਣ ਡਿਆ ਸੀ, ਇਹਨਾਂ ਦੇ ਇੱਥੇ ਮੁਗਲ ਚੱਕ ਪਿੰਡ ਆ, ਇੱਥੇ ਵਿਆਹ ਦਾ ਪ੍ਰੋਗਰਾਮ ਚੱਲਣ ਡਿਆ ਸੀ ਅਤੇ ਇੱਥੇ ਵਿਆਹ ਦੇ ਵਿੱਚ ਆਏ ਅਤੇ ਦੂਜੀ ਧਿਰ ਨੂੰ ਪਤਾ ਲੱਗ ਗਿਆ ਵੀ ਇੱਥੇ ਵਿਆਹ ਵਾ। ਉਹਨਾਂ ਨੇ ਵਿਆਹ ਦਾ ਫਾਇਦਾ ਉਠਾ ਕੇ ਅਤੇ ਇੱਕ ਬੰਦੇ 'ਤੇ ਗੋਲੀ ਮਾਰਤੀ ਹੈ, ਜ਼ਖਮੀ ਹੈ ਜਿਹੜਾ ਤਰਨ ਤਾਰਨ ਘੱਲਿਆ ਸੀ ਅਤੇ ਉਹਨੂੰ ਰੈਫਰ ਕਰ ਦਿੱਤਾ ਮੰਡੀ। ਉਹਦੇ ਘਰਵਾਲੀ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਰਹੇ ਹਾਂ। ਮਾਣਯੋਗ SHO ਸਾਹਿਬ ਮੌਕੇ 'ਤੇ ਆ, ਉਹਨਾਂ ਉਹ ਵੇਖ ਕੇ ਮੌਕਾ 'ਤੇ ਹੁਣ ਪਰਚਾ ਦਰਜ ਕਰ ਰਹੇ। ਦੋਸ਼ੀ ਫੜੇਗਾ ਕਿ ਨਹੀਂ? ਨਹੀਂ, ਦੋਸ਼ੀ ਭੱਜ ਗਏ ਸੀ ਇੱਥੋਂ ਮੌਕੇ ਤੋਂ। ਅਸੀਂ 2 ਕੁ ਮਿੰਟ ਅਸੀਂ ਲੇਟ ਹੋ ਗਏ ਅਤੇ ਦੂਰ ਪੈਂਦਾ ਸੀ, ਵਾਹਵਾ ਡੇਰਾ ਇਹਨਾਂ ਦਾ ਕਾਫੀ ਦੂਰ ਪੈ ਜਾਂਦਾ ਪਿੰਡ ਤੋਂ, ਅਤੇ ਉਹਨਾਂ ਚਿਰ ਨੂੰ ਉਹ ਮਾੜਾ ਮੋਟਾ ਉੱਤਰ ਕੇ ਉਹ ਇੱਕਦਮ ਹੀ ਵਾਰਦਾਤ ਕਰਕੇ ਭੱਜ ਗਏ। ਕੋਸ਼ਿਸ਼ ਕਰਨ ਡਏ ਅਸੀਂ, ਵਾਰ 2 ਘੰਟੇ ਦੇ ਵਿੱਚ ਵਿੱਚ ਕੋਈ ਨਾ ਕੋਈ ਇੱਕ ਅੱਧਾ ਬੰਦਾ ਅਰੈਸਟ ਕਰ ਲਈਏ। ਇਹ 'ਤੇ ਪਰਚਾ ਦੇਵਾਂਗੇ, ਜਿਹੜੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ, ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਜੋ ਵੀ ਇਹਦੀ ਕਾਰਵਾਈ ਬਣਦੀ ਹੈ ਕੀਤੀ ਜਾਊਗੀ। ਜੇ ਬੰਦੇ ਦੀ ਹਾਲਤ ਨਹੀਂ ਠੀਕ ਫਿਰ ਵੀ ਅਸੀਂ ਪਰਚਾ ਦੇ ਦੇਣਾ। ਇੱਕ ਗੱਡੀ ਉਹਨਾਂ ਦੀ ਰਿਕਵਰ ਕਰ ਲਈ ਮੈਂ, ਉਹ ਚੌਂਕੀ ਲੈ ਕੇ ਲਿਆ, ਬਾਕੀ ਗੱਡੀਆਂ ਵੀ ਅਤੇ ਬੰਦੇ ਵੀ ਰਿਕਵਰ ਫੜ ਲੈਂਦੇ ਆ।